ਗੱਲਾਂ ਕਈ ਹੁੰਦੀਆਂ ਨੇ, ਕੁਝ ਮਾਹੌਲ ਬਣਾਉਣ ਵਾਲੀਆਂ, ਕੁਝ ਵਿਗਾੜਨ ਵਾਲੀਆਂ, ਕਦੇ ਕਦੇ ਡਰਾਉਣ ਧਮਕਾਉਣ ਵਾਲੀਆਂ ਤੇ ਕੁਝ ਸੱਚ ਦੇ ਲਿਫਾਫੇ 'ਚ ਝੂਠ ਦੀ ਚਿੱਠੀ ਪਹੁੰਚਾਉਣ ਵਾਲੀਆਂ। ਹੁਣ ਤੋਂ ਪਤਾ ਲੱਗਣਾ ਚਾਹੀਏ ਕਿ ਮੇਰਾ ਨੇਤਾ ਕਿਹਦਾ ਹੋਗਾ। ਅਜਿਹੀਆਂ ਗੱਲਾਂ ਹੁਣ ਹੋਰ ਨਹੀਂ, ਕਿਉਂਕਿ ਆ ਰਿਹਾ ਹੈ ਸਾਫ਼ ਸਿੱਧੀਆਂ ਤੇ ਸੱਚੀਆਂ ਗੱਲਾਂ ਦਾ ਪਹਿਲਾ ਸ਼ੋਅ ਮੁਕਦੀ ਗੱਲ, ਮੇਰੇ ਯਾਨੀ ਜਗਵਿੰਦਰ ਪਟਿਆਲ ਦੇ ਨਾਲ।